ਦੇਸ਼ ਵਿਦੇਸ਼ ਦੀਆਂ ਵਾਇਰਲ ਖਬਰਾਂ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਦੱਸਣ ਦੀ ਲੋੜ ਹੀ ਨਹੀਂ, ਹਰੇਕ ਪਿੰਡ 'ਚ ਬੁਰੀ ਹਾਲਤ ਆ, ਕਰਜ਼ੇ ਚੜ੍ਹ ਗਏ, ਬੱਚੇ ਸਾਡੇ ਲੱਗ ਗਏ ਨਸ਼ਿਆਂ 'ਤੇ, ਸਾਨੂੰ ਤੁਸੀਂ ਕਿਸੇ ਪੱਖੋਂ ਖਤਮ ਕਰਤੇ ਯਾਰ। ਆਹ ਮਨਪ੍ਰੀਤ ਬਾਦਲ ਦਾ ਥੋੜ੍ਹੇ ਦਿਨ ਪਹਿਲਾਂ ਬਿਆਨ ਆਈ ਜਾਂਦਾ, ਕਹਿੰਦਾ ਹੈਗਾ ਵੀ ਸਾਡੇ ਕੋਲ ਤਾਂ ਖਜ਼ਾਨੇ ਖਾਲੀ ਆ, ਤਨਖਾਹਾਂ ਦੇਣ ਨੂੰ ਸਾਨੂੰ ਮੱਕੀ ਦਾ ਰੇਟ ਦੇ ਦਿਓ, ਬਾਜਰੇ ਦਾ ਰੇਟ ਦੇ ਦਿਓ, ਭੁੱਕੀ ਫੀਮ ਦੀ ਖੇਤੀ ਕਰਾ ਦਿਓ, ਕੁਛ ਤਾਂ ਕਰੋ ਬਾਈ ਯਾਰ। ਇਹਦਾ ਹੋਸੇ ਵਾਲੇ ਆ, ਇਹਦਾ ਡੈੱਕ ਲਵਾਈ ਫਿਰਦੇ, ਇਹਦਾ ਵੱਡੇ ਟਰੈਕਟਰ ਲਈ ਫਿਰਦੇ, ਇਹਦਾ ਵੱਡੀਆਂ ਕੋਠੀਆਂ। ਅਸੀਂ ਪਸ਼ੂ ਹਾਂ, ਸਾਨੂੰ ਵੀ ਕੋਠੀਆਂ ਦੀ ਜ਼ਰੂਰਤ ਆ, ਸਾਨੂੰ ਵੀ ਏਸੀਆਂ ਦੀ ਜ਼ਰੂਰਤ ਆ, ਸਾਨੂੰ ਸਾਰੇ ਕਿਸੇ ਦੀ ਜ਼ਰੂਰਤ ਆ। ਮਲੂਕੇ ਵਰਗੇ ਮੰਤਰੀ ਜਾਂ ਹੋਰ ਮੰਤਰੀ ਸਿੱਧੇ ਮੰਤਰੀਆਂ ਦੇ ਨਾਂ ਹੀ ਲੈਂਦੇ ਹਾਂ। ਹੁਣ ਰੰਧਾਵੇ ਨੇ ਲਾਈਵ ਹੋ ਕੇ ਪੰਜਾਬ ਦੇ ਮੰਤਰੀਆਂ ਨੂੰ ਹੀ ਲਪੇਟੇ ਦੇ ਵਿੱਚ ਲੈ ਲਿਆ। ਰੰਧਾਵੇ ਨੇ ਪਰਾਲੀ ਨਾ ਸਾੜ ਕੇ ਨੁਕਸਾਨੀ ਗਈ ਕਣਕ ਦੇ ਕਾਰਨ ਦੁਖੀ ਹੋਏ ਕਿਸਾਨ ਦਾ ਦੁਖੜਾ ਜੱਗ ਸਾਹਮਣੇ ਪੇਸ਼ ਕੀਤਾ। ਉੱਥੇ ਪਰਾਲੀ ਸਾੜਨ ਦੇ ਕਾਰਨਾਂ ਦੇ ਉੱਤੇ ਵੀ ਚਾਨਣ ਪਾਇਆ। ਜਗਦੀਪ ਰੰਧਾਵਾ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਹੈ। ਲਓ ਦੋਸਤੋ, ਅੱਜ ਅਸੀਂ ਖੜ੍ਹੇ ਹਾਂ ਜ਼ਿਲ੍ਹਾ ਬਰਨਾਲਾ, ਪਿੰਡ ਚੀਮਾ, ਜੋਧਪੁਰ। ਸਰਕਾਰ ਦੇ ਜਿਹੜੇ ਦਾਅਵੇ ਸੀਗੇ ਉਹ ਖੋਖਲੇ ਕਿਵੇਂ ਨਿਕਲੇ ਸਾਰਾ ਕੁਛ ਅਸੀਂ ਦੱਸਾਂਗੇ। ਮੇਰਾ ਵੀਰ ਖਿੱਚ ਕੇ ਵੀਡੀਓ ਸ਼ੇਅਰ ਕਰ ਦਿਓ, ਜਿਹੜੇ ਕਿਸਾਨ ਦੇ ਅਸੀਂ ਖੇਤ 'ਚ ਖੜ੍ਹੇ ਹਾਂ, ਇਹ ਕਿਸਾਨ ਖਤਮ ਹੋ ਗਿਆ। ਇਹ ਕੈਪਟਨ ਸਰਕਾਰ ਕਹਿੰਦੀ ਅਸੀਂ ਉਦਯੋਗ ਲਾਵਾਂਗੇ, ਐਂ ਕਰਾਂਗੇ, ਜਾ ਕਰਾਂਗੇ। ਪਹਿਲਾਂ ਪਤੰਦਰੋ ਕਿਸਾਨੀ ਦਾ ਬਚਾ ਲਓ, ਜੇ ਕਿਸਾਨੀ ਨਾ ਬਚੀ ਤਾਂ ਤੁਹਾਡੇ ਕਿਹੜੇ ਉਦਯੋਗ ਕੀ ਲੱਗਣਾ ਗਾ, ਪੰਜਾਬ ਖਤਮ ਆ ਸਮਝ ਲਓ। ਜਿਵੇਂ ਡਾਇਨਾਸੋਰ ਨਹੀਂ ਨਾ ਧਰਤੀ 'ਤੇ ਰਹੇ, ਇਹ ਨਸਲ ਹੀ ਖਤਮ ਹੋ ਜਾਣੀ ਆ ਕਿਸਾਨੀ ਦੀ, ਕਿਉਂਕਿ ਬੱਚੇ ਤੁਹਾਨੂੰ ਪਤਾ ਸਾਰੇ ਬਾਹਰ ਜਾ ਰਹੇ ਆ, ਨਸ਼ਾ ਤੁਸੀਂ ਸਾਰਿਆਂ ਨੂੰ ਵੱਧ ਫੈਲਾਤਾ ਪੰਜਾਬ 'ਚ, ਕਿਸੇ ਕੰਮ ਜੋਗਰਾ ਪੰਜਾਬ ਛੱਡਿਆ ਨਹੀਂ। ਬਾਕੀ ਸਾਰਾ ਦੁੱਖ ਮੈਂ ਦੂਜੇ ਪਾਸੇ ਕੈਮਰੇ 'ਤੇ ਆ ਕੇ ਦੱਸਦਾ। ਆਹ ਫੜੀ ਬਈ ਮੋਬਾਈਲ, ਆ ਜਾ ਬਾਈ। ਲੈ ਦੋਸਤੋ, ਅਸੀਂ ਜ਼ਿਲ੍ਹਾ ਬਰਨਾਲਾ, ਪਿੰਡ ਚੀਮਾ ਖੜੇ ਹਾਂ। ਆਹ ਜਿਹੜਾ ਬਾਈ ਆ, ਬਾਈ ਕਿੰਨੇ ਕਿੱਲੇ ਠੇਕੇ ਦੇ ਸੀਗੇ? 126 ਕਿੱਲੇ। ਆਹਦਾ ਘਰ ਦਾ ਕਿੰਨਾ ਵਾਹਣਾ? 4 ਕਿੱਲੇ। ਬਾਈ ਇਹਨੇ ਸਰਕਾਰ ਪਿੱਛੇ ਲੱਗ ਕੇ ਇਹਨੇ ਅੱਗ ਨਹੀਂ ਲਾਈ ਸੀਗੀ, ਬਾਈ ਨੂੰ ਸਬਸਿਡੀ ਮਿਲੀ ਸੀ, ਤੁਹਾਨੂੰ ਸੰਦ ਮਿਲੇ ਸੀ ਹੈ ਨਾ। ਹਾਂ, ਅਤੇ ਬਾਈ ਇਹ ਵੀਡੀਓ ਪਾਉਣ ਦਾ ਸਾਡਾ ਇਹ ਮਤਲਬ ਆ ਵੀ ਜੇ ਤੁਸੀਂ ਅੱਗ ਨਹੀਂ ਲਾਉਂਦੇ ਤਾਂ ਤੁਹਾਡੀ ਫਸਲ ਨਹੀਂ ਹੁੰਦੀ। ਅਤੇ ਇਹਨੇ ਬਾਈ ਨੇ ਵਾਤਾਵਰਨ ਬਚਾਉਣ ਪਿੱਛੇ, ਜਿਵੇਂ ਮਰਜ਼ੀ ਲਾ ਲਓ, ਬਾਈ ਕਿਸਾਨ ਐਡਾ ਜਗਰ ਕਹੇ ਨਹੀਂ ਸੀ, ਪਰ ਸਰਕਾਰ ਪਿੱਛੇ ਲੱਗ ਕੇ ਇਹਨੇ ਵੀ ਸਬਸਿਡੀ ਦੇ ਸੰਦ ਮਿਲਣਗੇ, ਅਤੇ ਬਾਈ ਨੇ ਅੱਗ ਲਾਈ ਨਹੀਂ ਸੀਗੀ। ਕਿਉਂਕਿ ਯਾਰ ਜੇ ਤੁਸੀਂ ਕਹਿੰਦੇ ਹੋ, ਸਰਕਾਰ ਕਹਿੰਦੀ ਹੈ ਵੀ ਯਾਰ ਜੇ ਧੂੰਆਂ ਚੜ੍ਹਦਾ ਸਾਡੇ ਬੱਚਿਆਂ ਨੂੰ ਕੈਂਸਰ ਹੁੰਦਾ ਜਾਂ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਗਾ, ਜੋ ਵੀ ਹੁੰਦਾ ਗਾ, ਅਤੇ ਇਹ ਬਾਈ ਦੀ ਸੋਚ ਇਹ ਸੀਗੀ ਵੀ ਯਾਰ ਮੈਂ ਅੱਗ ਨਹੀਂ ਲਾਉਂਦਾ ਗਾ ਵੀ ਜੇ ਵਾਤਾਵਰਨ ਖਰਾਬ ਹੁੰਦਾ। ਠੀਕ ਆ ਵੀਰੋ, ਪਰ ਕੀ ਨਿਕਲਿਆ ਨੂੰ ਅੱਗ ਨਹੀਂ ਲਾਈ ਤਾਂ ਬਾਈ ਕਿੰਨੇ ਕਿੰਨੇ ਕਿੱਲੇ ਹੁਣ ਖਰਾਬ ਆ ਤੇਰੇ ਜਮਾਂ? ਬਾਈ ਮੇਰੇ ਹੈਗਾ 40-45 ਕਿੱਲੇ ਖਰਾਬ ਨੇ ਜੀ। ਹਾਂ, ਕੁੱਲ ਠੇਕੇ ਤੇ ਕਿੰਨਾ ਸੀ? 126। 126 ਕਿੱਲੇ ਠੇਕੇ ਤੇ ਸੀ, 45 ਕਿੱਲੇ ਦੇ ਬਾਕੀ ਅੱਗ ਲਾਈ ਸੀ ਦੂਜੀ? ਨਹੀਂ, ਅੱਗ ਕਿਸੇ ਵਾਹਨ ਅੱਗ ਕਿਸੇ ਵਾਹਨ ਨੂੰ ਨਹੀਂ ਲਾਈ। ਤੇ ਆਹ ਤੁਹਾਨੂੰ ਦਿਖਾ ਦਿੰਦੇ ਆ ਇਹਦੀ ਬਾਈ ਦੀ ਜਿਹੜੀ ਕਣਕ ਬੀਜੀ, ਆਹ ਦੇਖ, ਆਹ ਦੇਖੋ ਸੁੰਡੀ ਦਿਖਾਈ ਬਾਈ, ਇੱਥੇ ਪਈ ਸੀ। ਇੱਥੇ ਨਿਕਲ ਆਉਂਦੀ ਆ, ਧਰੀ ਚਲਾ
ਕਰੀ ਚੱਲ ਹਰੇ ਧਰ ਲੈ ਹਰੇ ਲੈ ਬਾਈ ਦੇਖ ਲੋ ਵੀ ਕਿਸਾਨ ਕੀ ਕਰੂਗਾ 126 ਕਿੱਲੇ ਠੇਕੇ ਦੀ ਸੀ 60-65 ਹਜ਼ਾਰ ਨੂੰ ਬਾਈ ਜੋ ਮੈਂ ਪਹਿਲਾਂ ਹੀ ਕਰ ਜਾਊਗਾ ਤੁਹਾਨੂੰ ਪਤਾ ਹੀ ਆ ਯਾਰ ਸਾਰੇ ਕਿਸਾਨ ਆ ਦੱਸਣ ਦੀ ਲੋੜ ਨਹੀਂ ਆਦੇ ਬਾਈ ਸੁੰਡੀਆਂ ਤਰੀ ਵੇ ਦੱਸਣ ਦੀ ਲੋੜ ਹੀ ਨਹੀਂ ਹਰੇਕ ਪਿੰਡ 'ਚ ਬੁਰੀ ਹਾਲਤ ਆ ਕਰਜ਼ੇ ਚੜ੍ਹ ਗਏ ਬੱਚੇ ਸਾਡੇ ਲੱਗ ਗਏ ਨਸ਼ਿਆਂ 'ਤੇ ਸਾਨੂੰ ਤੁਸੀਂ ਕਿਸੇ ਪੱਖੋਂ ਖਤਮ ਕਰਤੇ ਯਾਰ ਆ ਮਨਪ੍ਰੀਤ ਬਾਦਲ ਦਾ ਥੋੜ੍ਹੇ ਦਿਨ ਪਹਿਲਾਂ ਬਿਆਨ ਆਈ ਜਾਂਦਾ ਕਹਿੰਦਾ ਹੈਗਾ ਵੀ ਸਾਡੇ ਕੋਲ ਤਾਂ ਖਜ਼ਾਨੇ ਖਾਲੀ ਆ ਤਨਖਾਹਾਂ ਦੇਣ ਨੂੰ ਪੈਸਾ ਨੀਗਾ ਯਾਰ ਅਸੀਂ ਖਜ਼ਾਨਾ ਖਾਲੀ ਕੀਤਾ ਤੁਸੀਂ ਲੀਡਰਾਂ ਨੇ ਕੀਤਾ ਤੁਸੀਂ ਸਾਰਾ ਕੁਝ ਕੀਤਾ ਗਾ ਤੁਸੀਂ ਸਰਕਾਰਾਂ ਚਲਾ ਰਹੇ ਹੋ ਅਸੀਂ ਆਪਦਾ ਟੈਕਸ ਜਦੋਂ ਅਸੀਂ ਸਵੇਰੇ ਉੱਠ ਕੱਢਦੇ ਹਾਂ ਚਾਹ ਪੀ ਲੈਂਦੇ ਹਾਂ ਉਦੋਂ ਤੋਂ ਲੈ ਕੇ ਸ਼ਾਮ ਤੱਕ ਅਸੀਂ ਟੈਕਸ ਦੇਣ ਲੱਗ ਜਾਂਦੇ ਤੁਹਾਨੂੰ ਅਤੇ ਸਾਡਾ ਕੀ ਕਸੂਰ ਆ ਹੁਣ ਤੁਸੀਂ ਕਹਿੰਦੇ ਵੀ ਅੱਗ ਨਾ ਲਾਓ ਜਦੋਂ ਤੁਹਾਨੂੰ ਪਤਾ ਆ ਵੀ ਇਹ ਫਸਲ ਨੂੰ ਅਸੀਂ ਅੱਗ ਲਾਉਣੀ ਆ ਅਤੇ ਸਾਨੂੰ ਤੁਸੀਂ ਬੀਜਣੀ ਨਾ ਦਿਓ ਸਾਨੂੰ ਮੱਕੀ ਦਾ ਰੇਟ ਦੇ ਦਿਓ ਬਾਜਰੇ ਦਾ ਰੇਟ ਦੇ ਦਿਓ ਭੁੱਕੀ ਫੀਮ ਦੀ ਖੇਤੀ ਕਰਾ ਦਿਓ ਕੁਛ ਤਾਂ ਕਰੋ ਪਤੰਦਰੋ ਜਮਾਂ ਮਾਰਤਾ ਸਾਨੂੰ ਕਿਸਾਨਾਂ ਦੀ ਬੁਰੀ ਹਾਲਤ ਆ ਫਿਰ ਤੁਸੀਂ ਕਹਿੰਦੇ ਵੀ ਖੁਦਕਸੀ ਕਰਦਾ ਕਿਸਾਨ ਖੁਦਕਸੀ ਨੂੰ ਮੈਂ ਪ੍ਰਮੋਟ ਨਹੀਂ ਕਰਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਵੀ ਸਾਡੇ ਜੱਟ ਭਾਈ ਯਾਰ ਕੋਈ ਖੁਦਕਸੀ ਕਰੇ ਕਿਉਂਕਿ ਮੈਨੂੰ ਪਤਾ ਵੀ ਕਿੱਡਾ ਦੁੱਖ ਹੁੰਦਾ ਪਰ ਯਾਰ ਕਿਸੇ ਨੇ ਆਪਦੀ ਕੁੜੀ ਵਿਆਹਣੀ ਆ ਕਿਸੇ ਨੇ ਟਰੈਕਟਰ ਲੈਣਾ ਕਿਸੇ ਨੇ ਕੁਛ ਕਰਨਾ ਤਾਂ ਸਾਰਾ ਕੁਛ ਕਰਨਾ ਪੈਂਦਾ ਵੀਰੋ ਹੁਣ ਵਿੱਚ ਲੋਕ ਕਹਿੰਦੇ ਆ ਬਾਈ ਯਾਰ ਇਹਦਾ ਹੋਸੇ ਵਾਲਿਆ ਦਾ ਡੈੱਕ ਲਵਾਈ ਫਿਰਦੇ ਦਾ ਵੱਡੇ ਟਰੈਕਟਰ ਲਈ ਫਿਰਦੇ ਦਾ ਵੱਡੀਆਂ ਕੋਠੀਆਂ ਪਾਈ ਫਿਰਦੇ ਆ ਅਸੀਂ ਕਰੀਏ ਕਿ ਆਸਾ ਮੱਸੀ ਮੋਟਰ ਖਿੱਚ ਲੂਗਾ ਆਸਾ ਟਰੈਕਟਰ ਇੱਥੇ ਵਾਧੂ ਸਾਡਾ ਜਿੱਡੇ ਜਿਹੜੇ ਹੁਣ ਸੰਦ ਪਿੱਛੇ ਰੂਟਾ ਵੀਟਰ ਪਾਉਣਾ ਜਾਂ ਹੋਰ ਸੰਦ ਚਲਾਉਣੇ ਤਾਂ ਸਾਨੂੰ ਵੱਡੇ ਟਰੈਕਟਰ ਲੈਣੇ ਹੀ ਪੈਣਗੇ ਅਤੇ ਬਾਕੀ ਅਸੀਂ ਪਸ਼ੂ ਹਾਂ ਵੀ ਅਸੀਂ ਕੋਠੀਆਂ 'ਚ ਨਾ ਰਹੀਏ ਕੱਚੇ ਘਰਾਂ 'ਚ ਰਹੀਏ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਗਾ ਤੁਸੀਂ ਐਂ ਨਾ ਕਹੋ ਵੀ ਜਾਤੀਵਾਦ ਫੈਲਾਉਂਦਾ ਇਹ ਜਿਹੜੇ ਲਾਲੇ ਹੁੰਦੇ ਆ ਸੇਠ ਉਹਨਾਂ ਨੇ ਸਬਜ਼ੀ ਲਿਆਉਣ ਵਾਸਤੇ ਵੀ ਬੰਦਾ ਰੱਖਿਆ ਹੋਇਆਗਾ ਅਤੇ ਅਸੀਂ ਪਸ਼ੂ ਹਾਂ ਸਾਨੂੰ ਵੀ ਕੋਠੀਆਂ ਦੀ ਜ਼ਰੂਰਤ ਆ ਸਾਨੂੰ ਵੀ ਏਸੀਆਂ ਦੀ ਜ਼ਰੂਰਤ ਆ ਸਾਨੂੰ ਸਾਰੇ ਕਿਸੇ ਦੀ ਜ਼ਰੂਰਤ ਆ ਪਰ ਸਰਕਾਰ ਸਾਡੇ ਨਾਲ ਹਰ ਟਾਈਮ 'ਤੇ ਧੱਕਾ ਕਰ ਰਹੀ ਆ ਅੱਜ ਕਿਸਾਨੀ ਸਾਰਿਆਂ ਨਾਲੋਂ ਮਾੜੀ ਹੋ ਗਈ ਇਹ ਲੀਡਰਾਂ ਦੀ ਹੁਣ ਨਵੀਂ ਤਕਨੀਕ ਚੱਲ ਰਹੀ ਆ ਵੀ ਇਹਨਾਂ ਨੂੰ ਸਪਰੇਹਾਂ ਵੀ ਨਕਲੀ ਦਿਓ ਸਾਰਾ ਸਮਾਨ ਨਕਲੀ ਦਿਓ ਹੌਲੀ ਹੌਲੀ ਇਹਨਾਂ ਨੂੰ ਖਤਮ ਕਰ ਦਿਓ ਜਦੋਂ ਖਤਮ ਹੋ ਗਏ ਕੁਛ ਬਾਹਰਲੇ ਦੇਸ਼ ਭੱਜ ਜਾਣਗੇ ਕੁਛ ਨਸ਼ਿਆਂ ਨੇ ਖਾ ਲੈਣਗੇ ਇਦੂ ਬਾਅਦ ਇਹੀ ਮਲੂਕੇ ਵਰਗੇ ਮੰਤਰੀ ਜਾਂ ਹੋਰ ਮੰਤਰੀ ਸਿੱਧੇ ਮੰਤਰੀਆਂ ਦੇ ਨਾਂ ਹੀ ਲੈਂਦੇ ਆ ਇਹਨਾਂ ਨੇ 50-50 ਹਜ਼ਾਰ ਕਿੱਲਾ ਆਪ ਖੇਤੀ ਕਰਿਆ ਕਰਨੀ ਆ ਖੇਤੀ ਪਤਾ ਇਹਨਾਂ ਨੇ ਕਿਹੜੀ ਕਰਿਆ ਕਰਨੀ ਆ ਕੁਦਰਤੀ ਖੇਤੀ ਅੱਜ ਸਾਡੇ ਵਾਹਣ ਦਾ ਰੇਟ ਕਿਸੇ ਨੇ ਇੰਨਾ ਮਾਰੂ ਥਲ ਹੋ ਜਾਣਾ ਪੰਜਾਬ ਪਾਣੀ 10 ਫੁੱਟ ਆਏ ਵਾ ਟੋਟਾ ਪਾਉਂਦੇ ਆ ਇੰਨਾ ਖਤਮ ਹੋ ਜਾਣਾ ਸਾਡਾ ਕਿਸੇ ਨੇ 1 ਲੱਖ ਰੁਪਏ ਨੂੰ ਕਿੱਲਾ ਨਹੀਂ ਲੈਣਾ ਜਦੋਂ ਇਹ ਲੀਡਰ ਖੇਤੀ ਕਰਨ ਲੱਗ ਗਏ ਇਹਨਾਂ ਨੇ ਬਿਣ ਪਾਣੀ ਵਾਲੀ ਖੇਤੀ ਚਲਾਉਣੀ ਆ ਪੁਹਾਰਿਆਂ ਵਾਲਾ ਸਿਸਟਮ ਚਲਾਉਣਾ ਗਾ ਅਤੇ ਇਹਨਾਂ ਵਾਲੇ ਇਹਨਾਂ ਨੇ ਆਉਣ ਵਾਲੇ ਟਾਈਮ 'ਚ ਬਿਣ ਰੇਹ ਸਪਰੇਹ ਤੋਂ ਖੇਤੀ ਕਰਿਆ ਕਰਨੀ ਆ ਇਹੀ ਜਿਹੜਾ ਸਮਾਨ ਜਿਹੜਾ ਇੱਥੇ ਬੀਜਿਆ ਕਰਨਗੇ ਇਹੀ ਬਾਹਰਲੇ ਦੇਸ਼ਾਂ ਨੂੰ ਇਹ ਵੇਚ ਕੇ ਆਇਆ ਕਰਨਗੇ ਆਪਣੀ ਗਰੰਟੀ ਆ ਜਿਹੜਾ ਸਾਡੇ ਕਿੱਲੇ ਦਾ ਰੇਟ ਆ 5 ਸਾਲਾਂ ਨੂੰ 2 ਲੱਖ ਵੀ ਨਹੀਂ ਰਹਿਣਾ ਮਾਰੂ ਥਲ ਕਰ ਦੇਣਾ ਉਹੀ ਕਿੱਲਿਆਂ ਦਾ ਰੇਟ 50-50 ਲੱਖ ਇਹਨਾਂ ਦੇ ਰਾਜ 'ਚ ਜਦੋਂ ਇਹਨਾਂ ਨੇ ਆਪ ਖੇਤੀ ਵੱਢ ਲਈ ਉਦੋਂ ਹੋਊਗਾ ਹੁਣ ਇਹਨਾਂ ਨੂੰ ਐਂ ਵੀ ਕਹਿ ਰਿਹਾ ਇਹਨਾਂ ਨੂੰ ਭਜਾ ਦਈਏ ਯਾਰ ਸਾਡੇ ਨਾਲ ਇੰਨਾ ਧੱਕਾ ਹੋ ਰਿਹਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਬਾਈ ਕਿੱਥੇ ਆਓ ਲਾ ਆ ਬਾਈ ਦਾ ਮੂੰਹ ਉੱਡਿਆ ਪਿਆ 126 ਕਿੱਲੇ 65 ਹਜ਼ਾਰ ਨੂੰ ਇਹ ਕੀ ਕਰੂਗਾ ਫਿਰ ਤੁਸੀਂ ਕਹਿੰਦੇ ਵੀ ਖੁਦਕਸੀ ਕਰਦੇ ਕੀ ਕਰੀਏ ਯਾਰ ਜੇ ਅੱਜ 2 ਕਿਸਾਨਾਂ ਨੇ ਨਹੀਂ ਖੁਦਕਸੀ ਕੀਤੀ ਤਾਂ 4 ਕਰ ਜਾਂਦੇ ਆ ਬਾਕੀ ਆ ਬਾਈ ਜੁਨੀਆਂ ਨਾਲੇ ਖੜੇ ਆ ਇਹ ਜੁਨੀਆਂ ਨਾਲੇ ਕਹਿੰਦੇ ਅਸੀਂ ਤਾਂ ਡਰੇ ਨਹੀਂ ਆ ਐਤਕੀ ਵਿਚਕਾਰ ਡਰਦੇ ਆ ਡਰਨਾ ਮੈਂ ਤੁਹਾਨੂੰ ਇਹ ਵੀ ਗੱਲ ਦੱਸਦੀ ਵੀ ਡਰਦੇ ਕਿਉਂ ਆ ਡਰਦੇ ਇਹ ਗੱਲ ਆ ਯਾਰ ਹਰੇਕ ਸੋਚਦਾ ਯਾਰ ਵੀ ਇੱਥੇ ਸਾਡਾ ਤਾਂ ਭਵਿੱਖ ਹੈ ਨਹੀਂ ਗਾ ਅਸੀਂ ਜਾਣਾ ਬਾਹਰਲੇ ਦੇਸ਼ ਵੀ ਅਸੀਂ ਪਰਚਾ ਨਾ ਕਰਾ ਲਈਏ ਇੱਕ ਸਾਰਿਆਂ ਨਾਲੋਂ ਵੱਡੀ ਗੱਲ ਆ ਵੀ ਕਿਸਾਨਾਂ ਦਾ ਏਕਾ ਨਹੀਂ ਹੋ ਰਿਹਾ ਇਹਦਾ ਪਤੰਦਰ ਇੰਨੇ ਬੇਕਾਰ ਹੋ ਗਏ ਇੱਕ ਦੂਜੇ ਨੂੰ ਹਲ ਵੀ ਨਹੀਂ ਮੰਗਿਆ ਦਿੰਦੇ ਇਹਨਾਂ ਦਾ ਬੁਰੀ ਹਾਲਤ ਹੋ ਗਈ ਇੱਕ ਦੂਜੇ ਦੇ ਭੋਗ 'ਤੇ ਵੀ ਨਹੀਂ ਆਉਂਦੇ ਅਕਾਲੀ ਕਾਂਗਰਸ 'ਚ ਇੰਨੇ ਉਲਝ ਗਏ ਨਾਲੇ 70 ਸਾਲ ਹੋ ਗਏ ਕਿਸੇ ਅਕਾਲੀ ਕਾਂਗਰਸ ਨੇ ਇਹਨਾਂ ਨੂੰ ਕੁਛ ਨਹੀਂ ਦਿੱਤਾ ਪਰ ਇਹ ਪਤਾ ਨਹੀਂ ਕਿਉਂ ਉਲਝੇ ਵੇ ਖੜੇ ਨਹੀਂ ਛੱਡਦੇ ਉਹਨਾਂ ਦਾ ਕਿਸਾਨੀ ਜਮਾਂ ਖਤਮ ਆ ਇਸ ਟਾਈਮ
ਕੋਈ ਸਾਨੂੰ ਹੁਣ ਅਸੀਂ ਤੁਹਾਡੇ ਪਿੱਛੇ ਲੱਗ ਜਾਂਦੇ ਵੀ ਅਸੀਂ ਕੋਈ ਫਾਰਮ ਪਾ ਲੈਂਦੇ ਹਾਂ, ਸੂਰਾਂ ਦਾ ਪਾ ਲੈਂਦੇ ਹਾਂ ਜਾਂ ਮੁਰਗੀ ਫਾਰਮ ਪਾ ਲੈਂਦੇ ਹਾਂ ਜਾਂ ਅਸੀਂ ਪਸ਼ੂ ਡੇਅਰੀ ਫਾਰਮ ਪਾ ਲੈਂਦੇ, ਨਾ ਤਾਂ ਦੁੱਧ ਦਾ ਰੇਟ ਆ ਨਾ ਸਾਨੂੰ ਮੁਰਗੀ ਫਾਰਮ 'ਚ ਕੁਛ ਬਚਦਾ, ਅਸੀਂ ਕਰੀਏ ਤਾਂ ਕੀ ਕਰੀਏ ਯਾਰ। ਇਸ ਟਾਈਮ ਅਸੀਂ ਜ਼ਿਮੀਂਦਾਰ ਜਮ੍ਹਾਂ ਖਤਮ ਹੋ ਗਏ ਯਾਰ, ਅਸੀਂ ਤਾਂ ਹੁਣ ਐਂ ਕਹਿੰਦੇ ਵੀ ਜਾਂ ਤਾਂ ਸਾਡੀ ਜ਼ਮੀਨ ਸਾਂਭ ਲਓ ਯਾਰ, ਤੁਸੀਂ ਆਪ ਖੇਤੀ ਕਰਨ ਲੱਗ ਜਾਓ, ਹੋਰ ਤਾਂ ਕੋਈ ਹੱਲ ਨਹੀਂ, ਠੀਕ ਆ, ਅਤੇ ਜਾਂ ਸਾਡਾ ਬਦਲਾ ਕਰੋ। ਜੋ ਤੁਹਾਨੂੰ ਪਤਾ ਯਾਰ ਵੀ ਅਸੀਂ ਵਾਤਾਵਰਨ ਖਰਾਬ ਕਰਦੇ ਹਾਂ, ਅਸੀਂ ਅੱਗ ਲਾਉਂਦੇ ਹਾਂ, ਪਹਿਲੀ ਗੱਲ ਤਾਂ ਇਹ ਲੀਡਰ ਕਹਿੰਦੇ ਤੁਸੀਂ ਅੱਗ ਕਿਉਂ ਲਾਉਂਦੇ ਹਾਂ, ਪਹਿਲਾਂ ਸਾਡੇ ਬੱਚਿਆਂ ਨੂੰ ਕੈਂਸਰ ਹੋਊਗਾ, ਬਾਅਦ 'ਚ ਤੁਹਾਡਿਆਂ ਨੂੰ ਹੋਊਗਾ, ਠੀਕ ਹੈ, ਪਹਿਲਾਂ ਅਸੀਂ ਬੈਠੇ ਹਾਂ ਪਿੰਡਾਂ 'ਚ, ਸਾਨੂੰ ਤੂੰ ਆ ਚੜੂਗਾ, ਅਸੀਂ ਅੱਗ ਕਿਉਂ ਲਾਉਂਦੇ ਹਾਂ, ਮਜਬੂਰੀ ਕਾਰਨ ਆ, ਇਹ ਨਹੀਂ ਹੈਗਾ ਵੀ ਸਾਨੂੰ ਸੌਂਕ ਆ, ਸੌਂਕ ਸੂਕ ਵਾਲੀ ਕੋਈ ਗੱਲ ਨਹੀਂ, ਲਾਉਣੀ ਪੈਂਦੀ ਆ। ਆਹ ਬਾਈ ਨੇ ਨਾਮ ਖੱਟ ਲਿਆ, ਇਹਨੇ ਅੱਗ ਨਹੀਂ ਨਾ ਲਾਈ ਸੀਗੀ 126 ਕਿੱਲਿਆਂ ਨੂੰ, ਅਤੇ ਇਹਦੇ ਕਣਕ ਮਾਣ ਨਹੀਂ ਹੁੰਦੀ ਕਿੱਲੇ 'ਚੋਂ, ਇੰਨੀ ਬੁਰੀ ਹਾਲਤ ਆ, ਸੁੰਡੀ ਤੁਹਾਨੂੰ ਦਿਖਾ ਤੀ। ਅਤੇ ਮੈਨੂੰ ਐਂ ਦੱਸੋ ਵੀ ਅਸੀਂ ਕਰੀਏ ਕੀ, ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਤੁਸੀਂ ਦੱਸੋ ਯਾਰ ਅਸੀਂ ਕੀ ਕਰੀਏ। ਤੁਹਾਨੂੰ ਕਈ ਜਾਂਦੇ ਰੋਜ਼ ਭਗਾਈ ਮਾਰਦੇ ਹਾਂ ਵੀ ਯਾਰ ਸਾਡੀ ਫਸਲ ਵਧਾ ਦਿਓ, ਅਸੀਂ ਝੋਨੇ ਨਾਂ ਦੀ ਬਿਮਾਰੀ ਬੀਜਣੀ ਨਹੀਂ ਚਾਹੁੰਦੇ, ਕੈਂਸਰ ਦਾ ਘਰ ਇਹ ਆ, ਪਾਣੀ ਇਹਨੇ ਸਾਡਾ ਥੱਲੇ ਲੈ ਗਿਆ, ਅਤੇ ਸਾਡੇ ਪਿੰਡਾਂ 'ਚ ਗਠੀਆ ਇਹਨੇ ਹੋਣ ਲਾ ਤਾ, ਅਸੀਂ ਝੋਨਾ ਬੀਜਣੇ ਨਹੀਂ ਚਾਹੁੰਦੇ, ਸਾਨੂੰ ਨਰਮੇ ਦਾ ਰੇਟ ਦੇ ਦਿਓ, ਮੂੰਗੀ ਦਾ ਦੇ ਦਿਓ, ਬਾਜਰੇ ਦਾ ਦੇ ਦਿਓ, ਫੀ ਭੁੱਕੀ ਦੀ ਖੇਤੀ ਕਰਾ ਦਿਓ, ਕੁਛ ਹੋਰ ਕਰਾ ਦਿਓ ਯਾਰ, ਅਸੀਂ ਇਹ ਬੀਜ ਕੇ ਕਰਨਾ ਕੀ ਆ। ਬਾਕੀ ਬਾਈ ਜੁਨੀਆ ਬਾਈ ਤੁਸੀਂ ਕੁਛ ਬੋਲਣਾ ਚਾਹੁੰਦੇ? ਬੋਲੋ ਬਾਈ। ਜਿਹੜਾ ਕੈਪਟਨ ਪਹਿਲਾਂ ਗੱਲਾਂ ਕਰਦਾ ਸੀਗਾ ਝੋਨੇ ਦੀਆਂ, ਜਦੋਂ ਝੋਨੇ ਦੀ ਸਟਾਰਟਿੰਗ ਹੋਈ ਆ, ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ ਅਸੀਂ ਸਪੈਸ਼ਲ ਸਾਰੇ ਪੰਜਾਬ ਦੇ ਵਿੱਚ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਸੀ ਵੀ ਅਸੀਂ ਆਹ ਜੀਰੀ ਲਾਉਣੀ ਆ, ਹੁਣ ਵੀ ਇਹਦਾ ਪਰਾਲੀ ਦਾ ਕੈਪਟਨ ਸਾਹਿਬ ਕੋਈ ਹੱਲ ਕਰ ਲਏ। ਪਰ ਉਹਨੇ ਕੀ ਕਰਿਆ, ਮਾਂ ਦੇ ਪੁੱਤ ਨੇ ਹੱਲ ਤਾਂ ਕੀ ਕਰਨਾ ਸੀ, ਜਦੋਂ ਤਾਂ ਸੁਪਰੀਮ ਕੋਰਟ ਨੇ ਕਹਿਤਾ ਵੀ ਤੈਂ ਕਿਸਾਨਾਂ ਖਾਤਰ ਕੀ ਦਿੱਤਾ, ਉਹਨੇ ਸਾਨੂੰ ਤਾਂ ਕੁਛ ਦਿੱਤਾ ਨਹੀਂ, ਜਿਹੜੇ ਉਹਦੇ ਤਿਹੱਤੇ ਸੀਗੇ ਨੇੜਲੇ ਜਮ੍ਹਾਂ ਉਹ ਨਾਲੇ ਪਰਾਲੀ ਮਚਾ ਕੇ ਨਾਲੇ 2500 ਰੁਪਇਆ ਲੈ ਗਏ ਉਸੇ ਪਰਾਲੀ ਮਚਾਏ ਦਾ। ਆਹ ਬਾਈ ਆਪਣੇ ਕੋਲੇ ਖੜਾ ਗਾ, ਇਹਦੇ 126 ਕਿੱਲੇ ਵਾਹਣ ਦੇ ਆ, ਇਹਨੇ 126 ਦੇ 26 ਦੇ ਵਿੱਚ ਅੱਗ ਨਹੀਂ ਸੀ ਲਾਈ। ਅਸੀਂ ਖੇਤੀਬਾੜੀ ਮਹਿਕਮੇ ਨੂੰ ਸਵਾਲ ਕਰਦੇ ਹਾਂ ਵੀ ਜਿਹੜੇ ਤੁਸੀਂ ਪਿੰਡਾਂ ਦੇ ਵਿੱਚ ਪੁਲਿਸ ਸਾਡੇ 'ਤੇ ਚਾੜ ਲਿਆਉਂਦੇ ਸੀ ਵੀ ਕਿਸਾਨ ਖੇਤੀ ਨੂੰ ਅੱਗ ਲਾ ਰਹੇ ਆ ਪਰਾਲੀ ਨੂੰ, ਅਸੀਂ ਪਹਿਲਾਂ ਹੀ ਤੁਹਾਨੂੰ ਦੱਸਤਾ ਵੀ ਅੱਗ ਤੋਂ ਬਿਨਾਂ ਇਹਦਾ ਸਾਡਾ ਕੋਈ ਹੱਲ ਨਹੀਂ, ਉਹ ਹੱਲ ਕਿਉਂ ਨਹੀਂ? ਜਿਹੜੀ ਸਾਡੀ ਖੇਤੀ ਆ, ਤੁਸੀਂ ਜਦੋਂ ਅਸੀਂ ਝੋਨਾ ਲਾਉਂਦੇ ਹਾਂ ਅੱਗੇ 1 ਤਰੀਕ ਨੂੰ ਲਾਉਂਦੇ ਸੀ, ਤੁਸੀਂ 13 ਤਰੀਕ ਕਰਤੀ, 13 ਤੋਂ ਤੁਸੀਂ 20 ਤਰੀਕ ਲੈ ਗਏ, ਜਦੋਂ ਉਹ ਅੱਗ ਲਾਉਂਦੇ ਸੀ ਉਹ ਧੂੰਆਂ ਮਤਲਬ ਪਰਾਲੀ ਬਾਲਾ ਕੱਢਦੀ ਆ, ਉਹਦੇ ਨਾਲ ਸਾਡੀ ਪਰਾਲੀ ਨਹੀਂ ਮੱਚਦੀ, ਅਸੀਂ ਉਸੇ 8 ਦਿਨਾਂ ਦੇ ਵਿੱਚ ਹੀ ਆਪਦੀ ਕਣਕ ਬੀਜਣੀ ਹੁੰਦੀ ਆ, ਤਾਂ ਇਹਨੂੰ ਅੱਗ ਲਾਉਂਦੇ ਹਾਂ ਮਜਬੂਰੀ ਕਾਰਨ। ਅਸੀਂ ਬਥੇਰਾ ਕੈਪਟਨ ਨੂੰ ਪਹਿਲਾਂ ਕਿਹਾ ਸੀ ਵੀ ਇਹਦਾ ਕੋਈ ਹੱਲ ਕਰ ਲਾ, ਨਹੀਂ ਅਸੀਂ ਅੱਗ ਲਾਵਾਂਗੇ, ਅਸੀਂ ਭਰਾਵੋ ਅੱਗ ਲਾਈ ਆ, ਇਹ ਬਾਈ ਨੇ ਸੰਦ ਲਏ ਸੀ, ਇਹਨੂੰ ਸੰਦਾਂ 'ਤੇ ਮਾੜੀ ਮੋਟੀ ਸਰਕਾਰ ਨੇ ਕੋਈ ਸਬਸਿਡੀ ਦਿੱਤੀ ਹੋਊ ਉਹਦੇ ਬਾਰੇ ਸਾਨੂੰ ਪਤਾ ਨਹੀਂ, ਪਰ ਇਹਨੇ 126 ਕਿੱਲਿਆਂ ਦੇ ਵਿੱਚ ਅੱਗ ਨਹੀਂ ਲਾਈ। ਕੋਈ ਖੇਤੀਬਾੜੀ ਮਹਿਕਮੇ ਵਾਲਾ ਸਾਨੂੰ ਉਂਗਲ ਕਰਕੇ ਕਹਿੰਦੇ ਵੀ ਇਹ ਬਾਈ ਨੂੰ ਮੈਂ 200 ਰੁਪਇਆ ਕੁਇੰਟਲ ਮਗਰ ਦਿੱਤਾ ਜਾਂ 100 ਰੁਪਇਆ ਕੁਇੰਟਲ ਮਗਰ ਦਿੱਤਾ। ਕੀ ਕਹਿ ਕੇ ਖੇਤੀਬਾੜੀ ਵਾਲਾ ਉਹ ਵੀ ਦੱਸੀ, ਹੁਣ ਖੇਤੀਬਾੜੀ ਵਾਲਾ ਸਾਡੇ ਕੋਲ ਆਇਆ ਸੀ, ਉਹਨੂੰ ਕਿਹਾ ਸੀ ਵੀ ਸਾਡੇ ਨਾਲ ਚੱਲ ਤੂੰ ਖੇਤ ਇਹਦੇ ਵੀ ਤੈਨੂੰ ਦਿਖਾਈਏ, ਜਿਹੜੇ ਸਾਡੇ 'ਤੇ ਤੂੰ ਪਰਚੇ ਕਰਦਾ ਸੀ ਸਾਡੇ 'ਤੇ ਪਰਚੇ ਵੀ ਹੋਏ ਵੇ ਆ ਖੇਤੀਬਾੜੀ ਮਹਿਕਮੇ ਵੱਲੋਂ, ਕੋਈ ਗੱਲ ਨਹੀਂ ਸਾਡੇ 'ਤੇ ਹੈਗੇ ਹੋਰ ਕਰ ਲਏ ਚਾਹੇ 4, ਹੁਣ ਵੀ ਬਾਈ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਤੇਰੇ 126 ਕਿੱਲੇ ਵਾਹਣ ਦੇ ਨੇ, ਆਪਾਂ ਖੇਤੀਬਾੜੀ ਵਾਲਿਆਂ ਕੋਲ ਚੱਲਾਂਗੇ ਜੇ ਨਾ ਕਿਸੇ ਨੇ ਤੇਰੀ ਗੱਲਬਾਤ ਸੁਣੀ। ਜਿਹੜੇ ਆਪਾਂ ਨੂੰ ਕਹਿੰਦੇ ਸੀ ਵੀ ਤੁਸੀਂ ਅੱਗ ਨਾ ਲਾਓ ਤੁਹਾਨੂੰ ਅਸੀਂ 200 ਰੁਪਇਆ ਦੇਵਾਂਗੇ, ਜਿਹੜਾ 2500 ਰੁਪਇਆ ਮਿਲਿਆ ਗਾ ਲੋਕਾਂ ਨੂੰ, ਭਰਾਵੋ ਇਹਨੂੰ ਕੁਛ ਨਹੀਂ ਮਿਲਿਆ। ਜੇ ਇਹਦੀ ਖੇਤੀਬਾੜੀ ਵਾਲਿਆਂ ਨੇ ਨਾ ਕਿਸੇ ਨੇ ਗੱਲ ਸੁਣੀ, ਜਿਹੜੀ ਖੇਤੀਬਾੜੀ ਵਾਲਾ ਚੀਫ ਆ ਬਰਨਾਲੇ ਬਹਿੰਦਾ, ਜੇ ਬਾਈ ਨੇ ਕਿਹਾ ਉਹਦੇ ਬਾਹਰ 'ਚ ਜਾ ਕੇ ਅਸੀਂ ਇਹ ਬਾਈ ਨੂੰ ਨਾਲ ਲਿਜਾ ਕੇ ਉਹਦੇ ਉੱਥੇ ਜਾ ਕੇ ਰੱਸਾ ਪਾਵਾਂਗੇ, ਉਹਦਾ ਪਿੱਠ 'ਤੇ ਆਪਾਂ ਕਰਾਂਗੇ, ਇਹ ਬਾਈ ਨੂੰ ਫਿਰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਚੀਜ਼ ਦਾ ਤਾਂ ਗਲਤੀ ਕਰ ਲਈ, ਅੱਗ ਬਿਨਾਂ ਭਰਾਵੋ ਇਹ ਪਰਾਲੀ ਦਾ ਕੋਈ ਹੱਲ ਨਹੀਂ। ਜਿਹੜੇ ਅਫਸਰ ਆ ਉਹ ਦੇਖ ਲਓ ਆਪਦੇ ਖੇਤ ਅੱਗ ਲਾ ਕੇ ਬੀਜਦੇ ਆ, ਨਾਲੇ ਅਸੀਂ ਤਾਂ 8% ਧੂੰਆਂ ਕਰਦੇ ਹਾਂ,
ਕੌਣ ਕਹਿੰਦਾ ਵੀ ਅਸੀਂ ਵੱਧ ਧੂੰਆਂ ਕਰਦੇ ਹਾਂ 92% ਤਾਂ ਕੰਪਨੀਆਂ ਦਾ ਧੂਆ ਆ ਸਾਡੇ ਫੈਕਟਰੀ ਲੱਗੀ ਵੀ ਆ ਇੱਥੇ ਧੌਲੇ ਉਹ ਰੋਜ਼ ਟ੍ਰਾਈਡੈਂਟ ਲੱਗਿਆ ਵਾ ਰੋਜ਼ ਧਰਤੀ ਦੇ ਵਿੱਚ ਪਾਣੀ ਜ਼ਹਿਰੀਲਾ ਪਾਉਂਦੇ ਆ ਉਹਨਾਂ ਨੂੰ ਤਾਂ ਯਾਰ ਅਫਸਰ ਜਾ ਕੇ ਕਹਿੰਦੇ ਨਹੀਂ ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂ ਜਾ ਕੇ ਵੀ ਤੇਰੇ 'ਤੇ ਪਰਚਾ ਕਰਦੇ ਆ ਉਹ ਹੱਡ ਦਿੰਦੇ ਆ ਭਰਾਵੋ ਖਾਣ ਨੂੰ ਪੁਲਿਸ ਨੂੰ ਅਤੇ ਉਹਨੂੰ ਤਾਂ ਨਹੀਂ ਉਹਨਾਂ ਨੂੰ ਕੁਛ ਕਹਿੰਦੇ ਕਿਸਾਨ ਜਿਹੜਾ 8% ਧੂੰਆਂ ਕਰਦਾ ਉਹ ਇੱਥੇ ਪਰਚੇ ਕਰਦੇ ਆ ਬਾਈ ਦੇ ਨਾਲ ਖੜੇ ਆ ਜਿਵੇਂ ਜੇ ਕਿਸੇ ਨੇ ਨਾ ਸੁਣੀ ਫਿਰ ਅਸੀਂ ਸੁਣਾਉਣ ਜਾਣਦੇ ਹਾਂ ਪਰਾਲੀ ਬਾਰੇ ਜਿਵੇਂ ਅੱਗੇ ਮਤਲਬ ਉਹ ਕਰਦੇ ਉਵੇਂ ਜਾ ਕੇ ਦੇ ਨਾਲ ਜਿੰਨਾ ਚਿਰ ਬਾਈ ਸਾਡੇ ਨਾਲ ਖੜੂਗਾ ਬਾਈ ਦੇ ਨਾਲ ਖੜਾਂਗੇ ਜਾ ਕੇ ਬਾਈ ਜੀ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਵੱਲੋਂ ਬੋਲਦੇ ਹਾਂ ਕਿਉਂਕਿ ਜਿਹੜਾ ਇਹ ਬਾਈ ਹੈਗਾ 126 ਕਿੱਲੇ ਹੈਗੇ ਇਹ ਜਥੇਬੰਦੀ ਵਿੱਚ ਵੀ ਸਾਡੇ ਨਾਲ ਕੰਮ ਕਰਦਾ ਪਰ ਸਾਡੇ ਤੋਂ ਪਹਿਲਾਂ ਝੋਨਾ ਵੱਢਣ ਤੋਂ ਪੰਜਾਬੀ ਟ੍ਰਿਬਿਊਨ ਵਾਲੇ ਆਏ ਸੀਗੇ ਸਾਨੂੰ ਉਹਨਾਂ ਨੇ ਡਿਮਾਂਡ ਕਰੀ ਸੀ ਮੇਰੇ ਕੋਲ ਆਪਦੇ ਕੋਲ ਖੁਦ ਕੰਪਾਇਨ ਸੀਗੀ ਮੈਂ ਉਸ ਟਾਈਮ ਟਰੈਕਟ ਚਾੜ ਰਿਹਾ ਸੀਗਾ ਮੈਨੂੰ ਕਹਿੰਦੇ ਵੀ ਤੂੰ ਕੀ ਗੱਲ ਵੀ SMS ਕਿਉਂ ਨਹੀਂ ਲਾਇਆ ਮੈਂ ਕਿਹਾ ਵੀ SMS ਅਸੀਂ ਲਾ ਲਾਂਗੇ ਇਹੋ ਜਿਹੀ ਗੱਲ ਨਹੀਂ ਪਰ ਸਾਨੂੰ ਜਿਹੜਾ ਸਾਡਾ 6,000 ਰੁਪਈਆ ਇਹਦੇ ਖਰਚਾ ਆਉਂਦਾ ਗਾ ਤੁਸੀਂ ਕਹਿੰਦੇ ਵੀ ਪਰਾਲੀ ਨਾ ਫੂਕੋ ਸਾਨੂੰ 6,000 ਰੁਪਈਆ ਖਰਚਾ ਦਿਓ ਅਸੀਂ SMS ਵੀ ਲਾ ਸਕਦੇ ਹਾਂ ਪਰ ਸਾਨੂੰ ਪਤਾ ਵੀ ਤੁਹਾਡੇ ਝੂਠੇ ਵਿਸ਼ਵਾਸ ਹੁੰਦੇ ਨੇਗੇ ਤੁਸੀਂ ਇਹ ਕਹਿ ਕੇ ਵਗ ਜਾਂਦੇ ਹੋ ਪਰ ਸਾਨੂੰ ਕਿਹੜਾ ਕੁਛ ਨਹੀਂ ਦੇ ਸਕਦੇ ਪਰ ਅਸੀਂ ਕੋਈ SMS ਨਹੀਂ ਲਾਇਆ ਮੈਂ ਖੁਦ ਆਪਦੀ ਝੋਨਾ ਵੀ ਔਖੋ ਹੀ ਵੱਢਿਆ ਗਾ ਅੱਗ ਲਾ ਕੇ ਕਣਕ ਬੀਜੀ ਹੈਗੀ ਰੂਟਾਵੇਟਰ ਨਾਲ ਬਿਲਕੁਲ ਦੇਖ ਸਕਦੇ ਹੋ ਪੂਰੀ ਖਰੀ ਹੈਗੀ ਪਰ ਇਹ ਬਾਈ ਨੇ ਕੀ ਨਾਮ ਦਾ ਟਿੱਕਾ ਲਿੱਤਾ ਗਾ ਆਹ ਲੈ ਤੁਹਾਡੇ ਸਾਹਮਣੇ ਬੈਠਾ ਗਾ ਅੱਜ ਵਾਂਝਾ ਹੋ ਗਿਆ ਪੈਲੀ ਕਿੰਨੀਓ ਦੇਖੋ 65,000 ਰੁਪਇਆ ਠੇਕਾ ਭਰ ਕੇ ਇੱਕ ਸਿਰਫੇ ਸਰਕਾਰ ਦੇ ਮਗਰ ਲੱਗ ਕੇ ਜਥੇਬੰਦੀ ਦੇ ਵਿੱਚ ਕੰਮ ਵੀ ਕਰਦਾ ਸੀ ਪਰ ਇਹਦੀ ਸਰਕਾਰ ਦੀਆਂ ਨੀਤੀਆਂ ਦੇ ਮਗਰ ਲੱਗ ਕੇ ਅੱਜ ਇਹਨੂੰ ਜਿੰਨਾ ਵੀ ਘਾਟਾ ਪਿਆ ਗਾ ਫਿਰ ਕਿਸਾਨ ਦੱਸੋ ਕਿੱਧਰ ਜਾਊਗਾ ਇੱਕ ਇਕੱਲਾ 65,000 ਰੁਪਇਆ ਭਰ ਕੇ ਹਜੇ ਇਹਦੇ ਗਾਹਾਂ ਇੱਕ ਕੋਈ ਮਨ ਵੀ ਨਹੀਂ ਕਣਕ ਨਿਕਲਦੀ ਝਾਕ ਵੀ ਸਰਕਾਰਾਂ ਨੇ ਜਿਹੜੀਆਂ ਨੀਤੀਆਂ ਪੋਲਸੀਆਂ ਨੇਗੀਆਂ ਇਹ ਬਿੱਲ ਚੁੱਕ ਗਿਰ ਚੁੱਕੀਆਂ ਨੇਗੀਆਂ ਕਿਸਾਨਾਂ ਨੇ ਇਹਨੇ ਲੈ ਕੇ ਜਿਹੜੇ ਲਿੱਤੇ ਸੀ ਕੋਈ ਹੈਪੀ ਸੀਡਰ ਜਾਂ ਸੰਦ ਵੀ ਲਿੱਤੇ ਸੀ ਕਿਉਂਕਿ ਤਾਂ ਸਰਕਾਰਾਂ ਆਪਦੀਆਂ ਸਬਸਿਡੀਆਂ 'ਚ ਪੈਸੇ ਪੂਰੇ ਕਰ ਗਈਆਂ ਪਰ ਜੋ ਕਿਸਾਨ ਇਹ ਹੁਣ ਕਿਸਾਨ ਕਿੱਧਰ ਨੂੰ ਜਾਊਗਾ ਅਤੇ ਅੱਗੇ ਵਾਸਤੇ ਵੀ ਅਸੀਂ ਤਾਂ ਕਹਿੰਦਾ ਵੀ ਇਹ ਸਰਕਾਰਾਂ ਦੇ ਝੂਠੇ ਦਾਅਵਿਆਂ 'ਚ ਨਾ ਆਓ ਅਤੇ ਕਿਉਂਕਿ ਜਿਹੜੇ ਬੰਦਿਆਂ ਨੇ ਇਹ ਸਰਕਾਰ ਦੇ ਦਾਅਵੇ 'ਚ ਆ ਕੇ ਅੱਗ ਨਹੀਂ ਲਾਈ ਤਾਂ ਆਹ ਦੇਖੋ ਉਹਨਾਂ ਨੂੰ ਨਾਮ ਦੇ ਟਿੱਕੇ ਮਿਲ ਚੁੱਕੇ ਆ ਪਰ ਹੁਣ ਅਸੀਂ ਦੇਖਦੇ ਹਾਂ ਵੀ ਇਹ ਸਰਕਾਰਾਂ ਕਿੰਨਾ ਕੁ ਇਹਨਾਂ ਨੂੰ ਮੁਆਵਜ਼ਾ ਦਿੰਦੀਆਂ ਨੇਗੀਆਂ ਪਰ ਸਾਨੂੰ ਇਹਨਾਂ ਦੀਆਂ ਨੀਤੀਆਂ ਪੋਲਸੀਆਂ ਦਾ ਪਤਾ ਗਾ ਇਹਨਾਂ ਨੇ ਕਿਹੜੇ ਮੁਆਵਜ਼ੇ ਦੇਣੇ ਆ ਭਰਾਵੋ ਗਾਹਾਂ ਵਾਸਤੇ ਅਸੀਂ ਇਹ ਕਹਿੰਦੇ ਹਾਂ ਹੁਣ ਆਉਣ ਵਾਲੀ 30 ਤਰੀਕ ਨੂੰ ਸਾਡਾ ਪੱਕਾ ਮੋਰਚਾ ਲੱਗ ਰਿਹਾ ਗਾ DC ਦਫ਼ਤਰਾਂ ਦੇ ਮੂਹਰੇ ਕਿਉਂਕਿ ਅਸੀਂ ਸਰਕਾਰਾਂ ਤੋਂ ਚਿੱਪਦੇ ਨਹੀਂ ਪਰਚੇ ਜਿਹੜੇ ਇਹਨਾਂ ਨੇ ਕੀਤੇ ਆ ਉਹ ਅਸੀਂ ਰੱਦ ਕਰਵਾਉਣ ਜਾਣਦੇ ਹਾਂ ਜਿਵੇਂ ਮਨਜੀਤ ਸਿੰਘ ਧਨੇਰ ਦੀ ਸਜ਼ਾ ਰੱਦ ਕਰਵਾਈ ਹੈਗੀ ਪਰ ਇਹ ਪਰਚੇ ਵੀ ਅਸੀਂ ਰੱਦ ਕਰਵਾ ਲਾਂਗੇ ਇਹ ਸਰਕਾਰਾਂ ਤੋਂ ਸਾਨੂੰ ਕੋਈ ਡਰ ਨਹੀਂ ਕੋਈ ਝੇਪ ਨਹੀਂ ਸਾਡੇ ਤੇ ਚਾਹੇ 10-10 ਪਰਚੇ ਕਰਦੇ ਭਰਾਵੋ 126 ਕਿੱਲਿਆਂ ਦੀ ਖੇਤੀ 65,000 ਨੂੰ ਲੈ ਕੇ ਇਹ ਸਾਡੇ ਨਾਲ ਕਿਸਾਨ ਜਥੇਬੰਦੀ 'ਚ ਕੰਮ ਕਰਦਾ ਸੀ ਉਹਨਾਂ ਦੀਆਂ ਨੀਤੀਆਂ ਪੋਲਸੀਆਂ 'ਚ ਜਾ ਕੇ ਇਹਨੇ ਆਹ ਆਪਣੀ ਜਿਹੜੀ ਘਾਟੇ ਦਾ ਬਣਜ ਬਿਲਕੁਲ ਤੁਹਾਡੇ ਅੱਖਾਂ ਦੇ ਸਾਹਮਣੇ ਇਹਨਾਂ ਸੁੰਡੀ ਪੈ ਚੁੱਕੀ ਹੈਗੀ ਇਹ ਸਰਕਾਰਾਂ ਹੁਣ ਅਸੀਂ ਦੇਖਦੇ ਹਾਂ ਵੀ ਸਰਕਾਰਾਂ ਦਾ ਕੀ ਦਾਅਵਾ ਕੀ ਇਹਨਾਂ ਨੂੰ ਮਤਲਬ ਦਿੰਦੇ ਆ ਕਿਉਂਕਿ ਜੇ ਦੇਣਗੇ ਮੁਆਵਜ਼ਾ ਸਾਨੂੰ ਕਿਸਾਨਾਂ ਨੂੰ ਵੀ ਪਤਾ ਲੱਗੂਗਾ ਵੀ ਹਾਂ ਸਾਡੇ ਚੀਮਿਆਂ ਦੇ ਵਿੱਚ ਆਹ ਸਰਕਾਰ ਨੇ ਭਾਈ ਮੁਆਵਜ਼ਾ ਦਿੱਤਾ ਵੀ ਆਹ ਮੁੰਡੇ ਸੁਣਵਾਈ ਹੋਈ ਆ ਅੱਜ ਦੇਖੋ ਕਿਸਾਨ ਦੀ ਕੀ ਹਾਲਤ ਹੈਗੀ ਪਰ ਅਸੀਂ ਸਰਕਾਰਾਂ 'ਤੇ ਕੋਈ ਭਰੋਸਾ ਨਹੀਂ ਕਰਦੇ ਅਸੀਂ ਕਹਿੰਦੇ ਹਾਂ ਵੀ ਗਾਹਾਂ ਵਾਸਤੇ ਵੀ ਨਾ ਭਰੋਸਾ ਕਰੋ ਡਟ ਕੇ ਅੱਗ ਲਾਓ ਇਹੋ ਜਿਹੇ ਪਰਚਿਆਂ ਪੁਰਚਿਆਂ ਤੋਂ ਖੁਸ਼ੀ ਡਰੋ ਇਹ ਪਰਚੇ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਨੇਗੇ ਭਾਈ ਧੰਨਵਾਦ ਕਿਸੇ ਨੇ ਭਾਈ ਹੋਰ ਬੋਲਣਾ ਹੋਰ ਤਾਂ ਹੈ ਨਹੀਂ
ਬਸ ਬਾਈ ਮੈਂ ਤਾਂ ਜੁਨੀਆ ਨਾਲੇ ਬਾਈ ਖੜਿਆ ਡਕਾਉਂਦਾ ਵਾਲਾ ਵੀ ਖੜਾ ਅਗਰਾਂ ਵਾਲਾ ਮੈਂ ਤਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਯਾਰ ਝੋਨੇ ਦੇ ਗੋਲੀ ਮਾਰੋ ਹੋਰ ਫਸਲਾਂ ਦਾ ਰੇਟ ਲਾਓ ਧਰਨੇ ਲਾਓ ਫੇਰ ਹੀ ਹੱਲ ਹੋਊ ਸਰਕਾਰ ਨੇ ਆਪਣਾ ਕੁਛ ਨਹੀਂ ਕਰਨਾ ਯਾਰ ਇਹ ਤਾਂ ਫੇਲ ਸਰਕਾਰਾਂ ਕੈਪਟਨ ਆ ਜੇ ਬਾਦਲ ਆ ਜੇ ਇਹਨਾਂ ਨੂੰ 50-60 ਸਾਲ 70 ਸਾਲ ਹੋ ਗਏ ਰਾਜ ਕਰਦੇ ਨੇ ਇਹਨਾਂ ਨੇ ਆਪਾਂ ਨੂੰ ਕੀ ਦਿੱਤਾ ਇਹਨਾਂ ਨੇ ਆਪਾਂ ਨੂੰ ਇਹ ਦਿੱਤਾ ਵੀ ਇੱਕ ਤਾਂ ਨਸ਼ੇ 'ਤੇ ਲਾ ਤੇ ਖੇਤੀ ਫੇਲ ਕਰਤੀ ਆਪਣੇ ਜਿਹੜੇ ਜਵਾਕ ਸੀ ਉਹ ਬਾਹਰਲੇ ਦੇਸ਼ਾਂ ਨੂੰ ਭਜਾ ਤੇ ਆਹੀ ਕੁਛ ਰਹਿ ਗਿਆ ਪੱਲੇ ਜੇ ਅਸੀਂ ਝੋਨਾ ਬੀਜੀ ਗਿਆ ਆਏ ਵਾਰ 10 ਫੁੱਟ ਦਾ ਟੋਟਾ ਪਈ ਗਿਆ ਉਹੀ ਇਹਨੇ ਮਾਰੂ ਥਲ ਬਣ ਜਾਣਾ ਅੱਜ ਮੇਰੇ ਵਰਗਾ ਜੱਟ ਕਹਿੰਦਾ ਮੇਰੀ ਤਾਂ 70,000 ਨੂੰ ਲੱਗ ਗਈ ਜੀ ਠੇਕੇ 'ਤੇ ਮੇਰਾ ਤਾਂ 20 ਲੱਖ ਨੂੰ ਕਿੱਲਾ ਉਹ ਭਰਾਵਾ ਤੁਹਾਡਾ ਕਿਸੇ ਨੇ ਲੱਖ ਨੂੰ ਕਿੱਲਾ ਨਹੀਂ ਲੈਣਾ ਉਹ ਰਾਜਸਥਾਨ 'ਚ ਵੀ ਪਾਈ ਆ ਟਿੱਬੇ ਵਿਹਲੇ ਜਦੋਂ ਤੁਹਾਡੇ ਕੋਲ ਪਾਣੀ ਨਾ ਰਿਹਾ ਉਹ ਝੋਨੇ ਨੂੰ ਇੱਥੋਂ ਭਜਾਓ ਜੇ ਝੋਨੇ ਨਾਂ ਦੀ ਬਿਮਾਰੀ ਨਹੀਂ ਖੇਤਾਂ 'ਚੋਂ ਨਿਕਲਦੀ ਤਾਂ ਆਪਾਂ ਖਤਮ ਆ ਪਹਿਲੀ ਗੱਲ ਤਾਂ ਸਰਕਾਰ ਐਡੀ ਅੰਨੀ ਆ ਯਾਰ ਇਹਨਾਂ ਦੇ ਮੋਟੇ ਦਿਮਾਗ ਇਹਨਾਂ ਦੇ ਖੋਪੜ ਦੇਖ ਲਓ ਕਹੇ ਜਿਹਾ ਵੀ ਪਤੰਦਰੋ ਤੁਸੀਂ ਵੀ ਇੱਥੇ ਰਹਿੰਦੇ ਹੋ ਕੈਪਟਨ ਆਪਦੇ ਘਰ ਮੂਹਰੇ ਕੰਧ ਕੱਢ ਲੂਗਾ ਵੀ ਅੰਦਰ ਮੇਰੇ ਧੂੰਆਂ ਨਾ ਆਵੇ ਮੈਨੂੰ ਕੈਂਸਰ ਨਾ ਹੋਵੇ ਬਾਦਲ ਆਪਦੇ ਕੰਧ ਕੱਢ ਲੂ ਉਹ ਮੋਟੇ ਦਿਮਾਗ ਤਾਂ ਤੁਹਾਡੇ ਆ ਤੁਸੀਂ ਕਿਤੇ ਰਾਜ ਕਰੋਗੇ ਪਿੰਡਾਂ 'ਚ ਆ ਕੇ ਸਾਡੇ 'ਤੇ ਰਾਜ ਕਰਨਾ ਸੀ ਤੁਸੀਂ ਸਾਨੂੰ ਖਤਮ ਕਰਤਾ ਇਹ ਹੁਣ ਜਿਹੜਾ ਪ੍ਰਦੂਸ਼ਣ ਫੈਲ ਰਿਹਾ ਸਾਰਿਆਂ ਨੂੰ ਵੱਧ ਇਹ ਨਾਸਾ ਵਾਲਿਆਂ ਨੇ ਵੀ ਕਹਿਤਾ ਵੀ ਪੰਜਾਬ ਸਾਰਿਆਂ ਨੂੰ ਵੱਧ ਦਿੱਲੀ ਪੰਜਾਬ ਉੱਤਰ ਭਾਰਤ ਸਾਰਿਆਂ ਨੂੰ ਵੱਧ ਪ੍ਰਦੂਸ਼ਣ ਵਾਲਾ ਇਲਾਕਾ ਬਣ ਗਿਆ ਇੱਥੇ ਸਾਰਿਆਂ ਨੂੰ ਵੱਧ ਕੈਂਸਰ ਦੇ ਮਰੀਜ਼ ਆ ਸਾਰਿਆਂ ਨੂੰ ਵੱਧ ਗਠੀਏ ਦੇ ਮਰੀਜ਼ ਆ ਪਹਿਲਾਂ ਤਾਂ ਮੈਂ ਮੰਤਰੀਆਂ ਨੂੰ ਕਹਿੰਦਾ ਵੀ ਤੁਸੀਂ ਕੀ ਕਰੋਗੇ ਠੀਕ ਹੈ ਤੁਹਾਡੇ ਬੱਚੇ ਬਾਹਰ ਪੜ੍ਹਦੇ ਆ ਇੱਥੋਂ ਤੁਸੀਂ ਕਰੋੜਾਂ ਰੁਪਏ ਲੁੱਟ ਕੇ ਉੱਧਰ ਉਹਨਾਂ ਨੂੰ ਭੇਜ ਰਹੇ ਹੋ ਪਰ ਤੁਸੀਂ ਕੀ ਕਰੋਗੇ ਤੁਹਾਨੂੰ ਵੀ ਸਾਡੇ ਨਾਲ ਹੀ ਕੈਂਸਰ ਹੋਊਗਾ ਜੇ ਸਾਨੂੰ ਹੋਊ ਨਾ ਤੁਹਾਨੂੰ ਵੀ ਹੋਊ ਨਹੀਂ ਇਹ ਝੋਨੇ ਨਾਂ ਦੀ ਬਿਮਾਰੀ ਬੰਦ ਕਰਕੇ ਸਾਨੂੰ ਹੋਰ ਫਸਲਾਂ ਦੇ ਰੇਟ ਦੇ ਦਿਓ ਪਹਿਲਾਂ ਅਸੀਂ ਨਰਮਾ ਬੀਜਦੇ ਰਹੇ ਇੱਕ ਦੂਜੇ ਦੀਆਂ ਸਾਡੀਆਂ ਬੀੜੀਆਂ ਹੁੰਦੀਆਂ ਸੀ ਕਿੰਨਾ ਵਧੀਆ ਪਿਆਰ ਸੀਗਾ ਕਿੰਨੇ ਵਧੀਆ ਲੋਕ ਵੱਸਦੇ ਸੀਗੇ ਤੁਸੀਂ ਸਾਨੂੰ ਜਮ੍ਹਾਂ ਖਤਮ ਕਰਤਾ ਆ ਜੁਨੀਆ ਨਾਲੇ ਬਾਈਆਂ ਦੀ ਮੈਨੂੰ ਬਹੁਤ ਵਧੀਆ ਗੱਲ ਲੱਗੀ ਵੀ ਇੱਕ ਤਾਂ ਏਕਾ ਨਹੀਂ ਰਹਿ ਗਿਆ ਕਿਸਾਨਾਂ ਦਾ ਏਕਾ ਕਰਕੇ ਧਰਨੇ ਲਾਓ ਇਕੱਠੇ ਹੋ ਜਾਓ ਯਾਰ ਇਹਨਾਂ ਨੇ ਤੁਹਾਡੇ ਪੱਲੇ ਕੱਖ ਨਹੀਂ ਪਾਉਣਾ ਪਰ ਪਤੰਦਰ ਪਤਾ ਨਹੀਂ ਕੀ ਗੱਲ ਆ ਲੀਡਰ ਆ ਜੇ ਪਿੰਡ ਮੇਰੇ ਵਰਗਾ ਚਮਚਾ ਮੂਹਰੇ ਹੁੰਦਾ ਉਹ ਬਾਈ ਪਾਸੇ ਜਾ ਪਾਸੇ ਸਾਡਾ ਲੀਡਰ ਆ ਗਿਆ ਯਾਰ ਲੀਡਰ ਕਿਹਨੇ ਬਣਾਇਆ ਕਿਹਨੇ ਜਿਤਾਇਆ ਜਦੋਂ ਤੁਸੀਂ ਸਾਡਾ ਕੋਈ ਕੰਮ ਹੀ ਨਹੀਂ ਕਰਨਾ ਤੁਸੀਂ ਤਾਂ 24 ਘੰਟੇ ਕਹਿੰਦੇ ਖਜ਼ਾਨਾ ਖਾਲੀ ਆ ਅਸੀਂ ਦੱਸੋ ਕੀ ਕਰੀਏ ਤੁਹਾਨੂੰ ਹਰ ਚੀਜ਼ 'ਤੇ ਅਸੀਂ ਟੈਕਸ ਦੇ ਰਹੇ ਹਾਂ ਸਾਡੀ ਤੁਸੀਂ ਇੰਨੀ ਬੁਰੀ ਹਾਲਤ ਕਰਤੀ ਯਾਰ ਸਾਰੇ ਬੰਦੇ ਅਸੀਂ ਖੁਦ ਕਸੀ ਕਰਨ ਨੂੰ ਤਿਆਰ ਹੋ ਗਏ 126 ਕਿੱਲੇ ਆ ਬਾਈ ਦੇ ਠੇਕੇ 'ਤੇ ਕਣਕ ਨੂੰ ਕਿਸੇ ਵੀ ਨਾੜ ਨੂੰ ਇਹਨੇ ਅੱਗ ਨਹੀਂ ਲਾਈ ਅਤੇ ਪਰ ਇਹਦੀ ਹਾਲਤ ਦੇਖੋ ਹੁਣ ਕੀ ਆ ਬਾਈ ਕਿੰਨੇ ਦਾ ਬੀਜ ਪੈ ਗਿਆ ਸੀ ਤੇਰਾ ਕੁੱਲ ਬਾਈ ਮੇਰਾ ਬੀਜ ਪੈ ਗਿਆ 3,000 ਦਾ ਘੱਟਾ ਪੈ ਗਿਆ 3 ਕਿੱਲੇ ਮੰਗ ਕੁਇੰਟਲ 3,000 ਦਾ ਬਣ ਜਾਂਦਾ 1200 ਦਾ ਘੱਟਾ ਇੱਕ ਹਾਂ ਤੇ ਇੱਕ DAP ਦਾ ਘੱਟਾ 1.5 ਕਿੱਲਾ ਦੇਖ ਲਓ ਵੀਰੇ 126 ਕਿੱਲਿਆਂ ਦਾ ਹਿਸਾਬ ਲਾ ਲਓ 5,000 ਨੂੰ ਕਿੱਲਾ ਇਹਨੂੰ ਪੈ ਗਿਆ ਤੇ ਦੁਬਾਰੇ ਫੇਰ ਕਹਿੰਦੇ ਵਾਹ ਕੇ ਬੀਜਣੀ ਪਊਗੀ ਮਿਲੀ ਦੁੱਕੀ ਨੇ ਮਿਲਿਆ ਕੁਛ ਨੀ ਇੱਕ ਬਾਈ ਦੀ ਗੱਲ ਹੋਰ ਆ ਜਿਹੜੇ ਕੋਲ ਸੁਪਰੀਮ ਕੋਰਟ ਨੇ ਕਿਹਾ ਸੀ ਕੈਪਟਨ ਸਰਕਾਰ ਨੂੰ ਵੀ ਕਿੱਲੇ ਮਗਰ 2,000 ਕਿਹਾ ਸੀ ਨਾ ਬਾਈ 2500 ਤੇ ਇਹਨੂੰ ਤਾਂ ਦੁੱਕੀ ਨੀ ਮਿਲੀ ਜਿਹੜੇ ਪਤੰਦਰਾਂ ਨੇ ਮੇਰੇ ਵਰਗੇ ਨੇ ਅੱਗ ਲਾਤੀ ਉਹਨਾਂ ਨੂੰ ਸਾਰਾ ਕੁਛ ਮਿਲ ਗਿਆ ਲੈ ਗਏ ਉਹਦੇ ਮੂਹਰ ਲਈ ਹਾਂ ਮੰਨ ਲਓ ਵੀ ਯਾਰ ਪਾਰਟੀ ਬਾਜੀ ਹੋ ਗਈ ਜਿਵੇਂ ਮਰਜ਼ੀ ਹੋ ਗਿਆ ਪਰ ਇਹਨੂੰ ਤਾਂ ਨੀ ਕੁਛ ਮਿਲਿਆ ਮੈਂ ਐਂ ਵੀ ਨੀ ਕਹਿੰਦਾ ਵੀ ਸਾਡੇ ਹੋਰ ਕਿਸਾਨਾਂ ਭਾਈਆਂ ਨੂੰ ਤੁਸੀਂ ਨਹੀਂ ਦੇਣਾ ਸੀ ਸਾਰਿਆਂ ਨੂੰ ਦਿੰਦੇ 2500 ਪਰ ਇਹਨੂੰ ਲਾਜ਼ਮੀ ਦੇਣਾ ਸੀ ਇਹਨੇ ਤਾਂ ਅੱਗ ਲਾਈ ਨਹੀਂ ਸੀ ਇਹ ਤਾਂ ਵਾਤਾਵਰਨ ਬਚਾਉਂਦਾ ਸੀ ਆਹ ਬਚਾ ਲਿਆ ਬਾਈ ਨੇ ਵਾਤਾਵਰਨ ਸਾਰਾ ਕੰਮ ਹੀ ਖਤਮ ਹੋ ਗਿਆ ਕੀ ਕਰੂ ਯਾਰ ਇੰਨਾ ਬਾਹਰ ਠੇਕੇ ਤੇ ਲੈ ਕੇ ਹਾਂ ਵਾਤਾਵਰਨ ਬਾਈ ਕੀ ਕਰੂ ਜਦੋਂ ਜੱਟ ਹੀ ਖਤਮ ਆ ਕਿਸਾਨ ਹੀ ਖਤਮ ਆ ਯਾਰ ਬਸ ਵੀਰੇ ਇੰਨੀ ਬੇਨਤੀ ਸੀ ਵੀਡੀਓ ਇੰਨੀ ਸ਼ੇਅਰ ਕਰੋ ਤੇ ਇਹਨਾਂ ਸਰਕਾਰਾਂ ਤੱਕ ਪਹੁੰਚਦੀ ਹੋ ਜਾਏ ਗਾਹਾਂ ਨੂੰ ਜਾਂ ਤਾਂ ਅੱਗ ਲਾਉਣਗੇ ਇਹ ਤੇ ਨਹੀਂ ਫਿਰ ਇੱਕ ਹੱਲ ਆ ਸਾਡਾ ਇਹ ਝੋਨਾ ਨਾ ਸਾਨੂੰ ਬੀਜਣ ਦਿਓ ਕਿਸੇ ਹੋਰ ਫਸਲ ਦਾ ਰੇਟ ਦਿਓ ਅਸੀਂ ਬੀਜਣ ਨੂੰ ਤਿਆਰ ਹਾਂ ਪਹਿਲਾਂ ਮੈਨੂੰ ਯਾਰ ਫੀਮ ਭੁੱਕੀ ਤੁਹਾਨੂੰ ਕੀ ਕਹਿੰਦੀ ਆ ਸਾਰੇ ਬੀਜਦੀ ਆ ਰਾਜਸਥਾਨ ਬੀਜੀ ਜਾਂਦਾ ਗੁਜਰਾਤ ਬੀਜੀ ਜਾਂਦਾ ਮੱਧ ਪ੍ਰਦੇਸ਼ ਬੀਜੀ ਜਾਂਦਾ ਉੱਥੇ ਕੀ ਨੁਕਸਾਨ ਆ ਪਰ ਤੁਹਾਨੂੰ ਬਾਰਡਰਾਂ ਤੋਂ ਪੈਸੇ ਨਹੀਂ ਨਾ ਬਣਨੇ ਜਿਹੜੇ ਬਣਾ ਰਹੇ ਹੋ ਡੱਬ ਵਾਲੀ ਬਾਰਡਰ ਤੋਂ ਜਾਂ ਹੋਰ ਜੇ ਸਾਡੇ ਬੀਜਣ ਲਾਤੇ ਤੁਸੀਂ
ਬਸ ਯਾਰ ਸਾਨੂੰ ਤੁਸੀਂ ਸਾਰੇ ਪਾਸੇ ਖਤਮ ਕਰਤਾ, ਇਦੂ ਬਾਅਦ ਸਾਡੇ ਕੋਲ ਪਿੰਡਾਂ 'ਚ ਸੰਘਰਸ਼ ਰਹਿ ਗਏ, ਜਾਂ ਤਾਂ ਇਹ ਲੀਡਰਾਂ ਨੂੰ ਪੈ ਜਾਣਗੇ ਲੋਕ, ਹੁਣ ਆਹ ਸਥਿਤੀ ਹੋ ਗਈ, ਜਾਂ ਤਾਂ ਇਹ ਲੀਡਰਾਂ ਨੂੰ ਪੈ ਜਾਣਗੇ ਜਾਂ ਰੋਡਾਂ ਰੋਕਣਗੇ, ਆਹੀ ਕੰਮ ਰਹਿ ਗਿਆ ਸਾਡੇ ਕੋਲ, ਹੋਰ ਕੁਛ ਨਹੀਂ ਤਾਂ ਅਸੀਂ ਭੁੱਖੇ ਮਰਦੇ ਹਾਂ। ਸਾਡੇ ਕੋਲ ਪਹਿਲਾਂ ਵਾਲਾ ਕੰਮ ਵੀ ਨਹੀਂ, ਸਾਡੇ ਜਿਵੇਂ ਲੋਹੜੀਆਂ ਦੀਵਾਲੀਆਂ ਨੂੰ ਮੰਗ 'ਤੇ ਆ ਜਾਂਦੇ ਸੀ ਮੰਗਣਾ, ਹਰੇਕ ਨੂੰ ਅਸੀਂ ਰੋਟੀ ਖਵਾਉਂਦੇ ਸੀ, ਲੰਗਰ ਲਾਉਂਦੇ ਸੀ, ਹੁਣ ਅਸੀਂ ਲੰਗਰ ਲੁੰਗਰ ਲਾਉਣ ਵਾਲੇ ਕਾਸੇ ਯੋਗ ਨਹੀਂ ਰਹੇ, ਸਾਡੇ ਕੋਲ ਤਾਂ ਆਪ ਨਹੀਂ ਕੁਛ ਹੈਗਾ ਯਾਰ। ਆਹ ਲੋਹੜੀ ਵੇਲੇ ਅੱਗੇ ਆ ਜਾਂਦੇ ਸੀ ਬਾਜੀਗਰਨੇ ਜਾਂ ਹੋਰ ਕੋਈ ਆ ਜਾਂਦਾ ਸੀ, ਉਹਨਾਂ ਨੂੰ ਅਸੀਂ ਦਾਨ ਪੁੰਨ ਇੱਕ ਇੱਕ ਕੀੜੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਅਸੀਂ ਦਾਨ ਕਰਦੇ ਹੁੰਦੇ ਸੀ, ਲੋਕਾਂ ਨੂੰ ਅਸੀਂ ਢਿੱਡ ਭਰਦੇ ਹੁੰਦੇ ਸੀ, ਪਰ ਅੱਜ ਅਸੀਂ ਆਪ ਭੁੱਖੇ ਸੌਣ ਲੱਗ ਗਏ। ਸਾਨੂੰ ਲੋੜ ਨਹੀਂ ਯਾਰ ਕਿਸੇ ਦੀ, ਸਾਡੇ ਪਿੰਡਾਂ 'ਚ ਵੀ ਨਾ ਵੜੋ, ਅਤੇ ਜਾਂ ਆਪਦਾ ਸਾਡਾ ਹੱਲ ਕਰ ਦਿਓ, ਨਹੀਂ ਸਾਡੀ ਕਿਸੇ ਨਾ ਕੋਈ। ਖੈਰ, ਸੋਸ਼ਲ ਮੀਡੀਆ ਤੋਂ ਪ੍ਰਸਿੱਧ ਹੋਏ ਜਗਦੀਪ ਰੰਧਾਵਾ ਨੇ ਇਸ ਵੀਡੀਓ ਦੇ ਰਾਹੀਂ ਪੰਜਾਬ ਦੀ ਕਿਰਸਾਨੀ ਦਾ ਸਹੀ ਹਾਲ ਖੋਲ੍ਹ ਕੇ ਰੱਖ ਦਿੱਤਾ। ਬਿਊਰੋ ਰਿਪੋਰਟ, ਵਾਇਰਲ ਖਬਰਨਾਮਾ।